ਜਦ ਉੱਚ ਦੇ ਪੀਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਸੇਵਕ ਦਾ ਕਾਲ ਕੱਟਣਾ ਚਾਹਿਆ, ਪਰ ਸਮੇਂ ਵੱਸ ਹੋ ਕੇ ਉਸਨੇ ਗੁਰੂ ਜੀ ਦਾ ਬਚਨ ਨਹੀਂ ਮੰਨਿਆ। ਗੁਰੂ ਸਾਹਿਬ ਜੀ ਦੇ ਬਚਨ ਮੁਤਾਬਕ ਮੰਗੀ ਹੋਈ ਘੋੜੀ ਨਾ ਦਿੱਤੀ ਅਤੇ ਫਿਰ ਕੀ ਹੋਇਆ, ਆਓ ਜਾਣਦੇ ਹਾਂ ਇਤਿਹਾਸ ਅਤੇ ਕਰਦੇ ਹਾਂ ਉਸ ਸਥਾਨ ਦੇ ਦਰਸ਼ਨ। ਅਸੀਂ ਪਹੁੰਚੇ ਹਾਂ ਇਤਿਹਾਸਕ ਗੁਰਦੁਆਰਾ, ਗੁਰਦੁਆਰਾ ਮੰਜੀ ਸਾਹਿਬ, ਪਿੰਡ ਕਨੇਚ, ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨ ਪਾ ਕੇ ਇਸ ਜਗ੍ਹਾ ਨੂੰ ਪਵਿੱਤਰ ਕੀਤਾ। ਜੁੜੇ ਰਹੋ ਸਰਵਣ ਸਿੰਘ ਦੇ ਵਹਿਰ ਖਾਲਸਾ ਦੇ ਯੂਟਿਊਬ ਚੈਨਲ ਦੇ ਨਾਲ, ਅਤੇ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਡਭਾਗੇ ਬਣੋ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਭਾਈ ਨਬੀ ਖਾਂ ਅਤੇ ਗਣੀ ਖਾਨ ਦੀ ਸੇਵਾ ਹੇਠ ਉੱਚ ਦਾ ਪੀਰ ਬਣ ਕੇ ਆਪਣੇ ਸਫ਼ਰ ਨੂੰ ਅੱਗੇ ਵਧਾਇਆ ਤਾਂ ਉਹਨਾਂ ਨੇ ਇੱਕ ਰਾਤ ਵਿਸ਼ਰਾਮ ਗੁਰਦੁਆਰਾ ਦੇਗਸਰ ਸਾਹਿਬ ਕਟਾਣੀ ਕਲਾਂ ਵਿਖੇ ਬਿਤਾਇਆ। ਇੱਕ ਰਾਤ ਦੇ ਵਿਸ਼ਰਾਮ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਅੱਗੇ ਵਧੇ, ਗੁਰੂ ਸਾਹਿਬ ਜੀ ਨੇ ਰੇਰੂ ਸਾਹਿਬ ਰਾਮਪੁਰ ਵਿਖੇ ਆਪਣੇ ਚਰਨ ਪਸਾਰੇ ਅਤੇ ਉਸ ਤੋਂ ਬਾਅਦ ਆਪਣੇ ਸਫ਼ਰ ਦੌਰਾਨ ਇੱਕ ਪਿੰਡ ਕਨੇਚ ਕੋਲ ਆ ਕੇ ਰੁਕੇ। ਜਿਸ ਸਮੇਂ ਪਿੰਡ ਕਨੇਚ ਵਿਖੇ ਆ ਕੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਪਾਏ ਤਾਂ ਉੱਥੇ ਇੱਕ ਜੱਟ ਰਹਿੰਦਾ ਸੀ ਜਿਸ ਦਾ ਨਾਂ ਫੱਤਾ ਜੱਟ ਸੀ, ਅਤੇ ਉਸਨੇ ਗੁਰੂ ਸਾਹਿਬ ਜੀ ਨੂੰ ਪਛਾਣ ਲਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕੋਈ ਸੇਵਾ ਦਾ ਹੁਕਮ ਬਖਸ਼ੋ। ਗੁਰੂ ਸਾਹਿਬ ਜੀ ਨੇ ਫੱਤੇ ਜੱਟ ਦੇ ਚਿਹਰੇ ਵੱਲ ਦੇਖਿਆ ਅਤੇ ਕਹਿਣ ਲੱਗੇ, ਭਾਈ ਫੱਤੇ, ਆਪਣੀ ਘੋੜੀ ਲਿਆ ਕੇ ਸਾਡੀ ਸੇਵਾ ਵਿੱਚ ਹਾਜ਼ਰ ਕਰ ਦਿਓ। ਜਦ ਫੱਤਾ ਜੱਟ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਘਰ ਨੂੰ ਆਇਆ ਤਾਂ ਉਸਦੇ ਮਨ ਵਿੱਚ ਖਿਆਲ ਆਇਆ, ਸਾਰੀ ਹਕੂਮਤ ਗੁਰੂ ਸਾਹਿਬ ਜੀ ਦੇ ਪਿੱਛੇ ਪਈ ਹੋਈ ਹੈ, ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਫੱਤੇ ਜੱਟ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਘੋੜੀ ਦਿੱਤੀ ਹੈ ਤਾਂ ਉਹ ਮੁਸੀਬਤ ਵਿੱਚ ਪੈ ਜਾਏਗਾ। ਤਾਂ ਉਸਨੇ ਗੁਰੂ ਸਾਹਿਬ ਜੀ ਦਾ ਬਚਨ ਨਾ ਟਾਲਦੇ ਹੋਏ ਘੋੜੀ ਤਾਂ ਨਾ ਦਿੱਤੀ, ਇੱਕ ਟਟਵਾਣੀ ਜੋ ਕਿ ਇੱਕ ਵਛੇੜੀ ਸੀ ਲਿਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਕਰ ਦਿੱਤੀ। ਗੁਰੂ ਸਾਹਿਬ ਜੀ ਜਾਣਦੇ ਸਨ ਕਿ ਫੱਤੇ ਕੋ ਇੱਕ ਅਰਬੀ ਘੋੜੀ ਹੈ ਅਤੇ ਗੁਰੂ ਸਾਹਿਬ ਜੀ ਘੋੜਿਆਂ ਦੇ ਅਸਵਾਰ ਸੀ ਅਤੇ ਉਹ ਜਾਣੀ ਜਾਣ ਸੀ। ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਭਾਈ ਫੱਤੇ ਨੂੰ ਕਿਹਾ ਕਿ ਫੱਤਿਆ, ਅਸੀਂ ਟਟਵਾਣੀ ਦੀ ਸਵਾਰੀ ਨਹੀਂ ਕਰਦੇ, ਇਸ ਕਰਕੇ ਸਾਨੂੰ ਆਪਣੀ ਅਰਬੀ ਘੋੜੀ ਲਿਆ ਕੇ ਦਿਓ। ਅਤੇ ਭਾਈ ਫੱਤੇ ਨੇ ਝੂਠ ਬੋਲ ਦਿੱਤਾ, ਕਿਹਾ ਕਿ ਉਹ ਘੋੜੀ ਮੇਰਾ ਜਵਾਈ ਲੈ ਕੇ ਗਿਆ ਹੈ। ਭਾਈ ਫੱਤੇ ਦੇ ਝੂਠ ਨੂੰ ਜਾਣ ਕੇ ਗੁਰੂ ਸਾਹਿਬ ਜੀ ਮੁਸਕਰਾਏ ਅਤੇ ਇੱਕ ਵਾਰੀ ਫਿਰ ਕਿਹਾ, ਭਾਈ ਫੱਤੇ, ਘੋੜੀ ਲਿਆ ਕੇ ਦੇ ਦਿਓ। ਤਾਂ ਫੱਤੇ ਨੇ ਫਿਰ ਕਿਹਾ ਵੀ ਘੋੜੀ ਇੱਥੇ ਹੈ ਨਹੀਂ, ਤੁਸੀਂ ਟਟਵਾਣੀ ਦੀ ਸਵਾਰੀ ਕਰ ਲਓ। ਗੁਰੂ ਸਾਹਿਬ ਜੀ ਨੇ ਮਨ੍ਹਾ ਕਰ ਦਿੱਤਾ, ਪਰ ਗੁਰੂ ਸਾਹਿਬ ਜੀ ਜਾਣਦੇ ਸਨ ਆਉਣ ਵਾਲਾ ਸਮਾਂ ਕੀ ਹੈ, ਇਸ ਲਈ ਭਾਈ ਫੱਤੇ ਕੋ ਉਸਦੀ ਘੋੜੀ ਮੰਗ ਰਹੇ ਸਨ। ਜਦ ਤੀਸਰੀ ਵਾਰ ਗੁਰੂ ਪਾਤਸ਼ਾਹ ਨੇ ਫਿਰ ਹੁਕਮ ਕੀਤਾ ਕਿ ਭਾਈ ਫੱਤੇ, ਸੇਵਾ 'ਚ ਘੋੜੀ ਲਿਆ ਦਿਓ, ਤਾਂ ਫੱਤੇ ਨੇ ਕਿਹਾ, ਨਹੀਂ ਜੀ, ਮੇਰੇ ਤਾਂ ਘੋੜੀ ਹੈ ਨਹੀਂ। ਅਤੇ ਗੁਰੂ ਸਾਹਿਬ ਜੀ ਨੇ ਸਹਿਜ ਸੁਭਾਏ ਵਚਨ ਕਰ ਦਿੱਤਾ, ਜਾ ਫੱਤੇ, ਜਾ, ਜਿਸ ਜਗ੍ਹਾ ਘੋੜੀ ਗਈ ਹੈ ਤੂੰ ਹੀ ਜਾ। ਫੱਤਾ ਜੱਟ ਆਪਣੀ ਟਟਵਾਣੀ ਵਾਪਸ ਲੈ ਆਇਆ ਘਰ, ਅਤੇ ਘਰ ਆ ਕੇ ਕੀ ਦੇਖਦਾ ਹੈ ਕਿ ਘੋੜੀ ਡਿੱਗੀ ਪਈ ਹੈ। ਜਦ ਉਸਨੇ ਆਪਣੀ ਘੋੜੀ ਨੂੰ ਹਿਲਾ ਕੇ ਦੇਖਿਆ ਤਾਂ ਉਹ ਠੰਡੀ ਹੋ ਚੁੱਕੀ ਸੀ, ਮਰ ਚੁੱਕੀ ਸੀ, ਕਿਉਂਕਿ ਉਸ ਦੇ ਕੋਲ ਇੱਕ ਨਾਗ ਬੈਠਾ ਸੀ। ਉਸ ਨਾਗ ਨੇ ਉਸ ਘੋੜੀ ਨੂੰ ਡੱਸ ਲਿਆ ਸੀ। ਜਦ ਉਹ ਘੋੜੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਨਾਗ ਨੇ
ਭਾਈ ਫੱਤੇ ਨੂੰ ਵੀ ਦੱਸ ਲਿਆ ਅਤੇ ਫੱਤਾ ਵੀ ਉੱਥੇ ਖਤਮ ਹੋ ਗਿਆ। ਗੁਰੂ ਸਾਹਿਬ ਜੀ ਪਰਉਪਕਾਰੀ ਸਨ, ਜਾਣਦੇ ਸਨ ਕਿ ਇਹ ਕਾਲ ਚੱਕਰ ਉਸਦੇ ਸੇਵਕ ਭਾਈ ਫੱਤੇ ਦੇ ਉੱਤੇ ਆ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਭਾਈ ਫੱਤੇ ਕੋਲ ਘੋੜੀ ਦੀ ਮੰਗ ਕੀਤੀ ਸੀ, ਪਰ ਅਸੀਂ ਨਾ ਸਮਝ ਹਾਂ, ਗੁਰੂ ਸਾਹਿਬ ਜੀ ਨੇ ਰਮਜ਼ਾਨ ਨੂੰ ਨਹੀਂ ਸਮਝ ਸਕਦੇ ਅਤੇ ਗੁਰੂ ਸਾਹਿਬ ਜੀ ਦੇ ਬਚਨ ਦੀ ਅਵਗਿਆ ਕਰਕੇ ਫਿਰ ਆਪਣੇ ਜਾਨ ਮਾਲ ਤੋਂ ਹੱਥ ਧੋ ਬੈਠਦੇ ਹਾਂ। ਇਹੀ ਹੀ ਕੁਝ ਭਾਈ ਫੱਤੇ ਦੇ ਨਾਲ ਹੋਇਆ। ਗੁਰੂ ਸਾਹਿਬ ਜੀ ਪਿੰਡ ਕਨੇਚ ਵਿਖੇ ਕੁਝ ਪਲ ਰੁਕ ਕੇ ਉਸ ਤੋਂ ਬਾਅਦ ਇੱਥੋਂ ਅੱਗੇ ਵੱਧ ਤੁਰੇ। ਪਿੰਡ ਕਨੇਚ ਵਿਖੇ ਗੁਰੂ ਸਾਹਿਬ ਜੀ ਦਾ ਇਹ ਸਥਾਨ ਪਿੰਡ ਦੇ ਵਿਚਕਾਰ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ। ਛੋਟਾ ਜਿਹਾ ਸਥਾਨ ਹੈ, ਚੁਬਾਰੇ 'ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ, ਬਹੁਤ ਹੀ ਸੋਹਣੇ ਢੰਗ ਨਾਲ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਜੋ ਇਤਿਹਾਸਿਕ ਸਥਾਨ ਹੈ ਉਸਦੀ ਬਿਲਡਿੰਗ ਬਹੁਤ ਸੋਹਣੀ ਬਣਾਈ ਗਈ ਹੈ ਅਤੇ ਸੇਵਾ ਸੰਭਾਲ ਦਾ ਸੁਚੱਜਾ ਢੰਗ ਹੈ। ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਲੁਧਿਆਣੇ ਤੋਂ ਨੀਲੋ ਨਹਿਰ ਦੇ ਕੰਢੇ 'ਤੇ ਹੁੰਦੇ ਹੋਏ ਜਾਂ ਸਾਹਨੇਵਾਲ ਤੋਂ ਰਾਮਪੁਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਇਹ ਪਿੰਡ ਪੈਂਦਾ ਹੈ ਕਨੇਚ, ਅਤੇ ਜਿਸ ਜਗ੍ਹਾ ਦੇ ਉੱਤੇ ਇਹ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਚ ਦੇ ਪੀਰ ਜੀ ਦਾ ਇੱਕ ਪਵਿੱਤਰ ਸਥਾਨ ਹੈ ਜਿਸ ਦਾ ਨਾਂ ਹੈ ਗੁਰਦੁਆਰਾ ਮੰਜੀ ਸਾਹਿਬ ਪਿੰਡ ਕਨੇਚ। ਆਪ ਸੰਗਤਾਂ ਨੇ ਇਸ ਸਥਾਨ ਦੇ ਦਰਸ਼ਨ ਕੀਤੇ, ਆਪ ਜੀ ਨੂੰ ਇਹ ਸਥਾਨ ਕਿਹੋ ਜਿਹਾ ਲੱਗਾ ਕਮੈਂਟ ਜ਼ਰੂਰ ਕਰਿਓ। ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ। ਇੰਨੀ ਸੇਵਾ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।